चल मैं कहीं नहीं आगी जस्सी। हाँ मम्मी डॉक्टर बुला भाई फोन कर लत देख के सट। चल कोई नहीं तू डॉक्टर नु फोन कर ते ओ कर बहाने मार दिया कुछ नहीं होया देख ली तू मैं फोन करके डॉक्टर नु फोन साथ लगी तू डॉक्टर नु सब तो ते दिखाने लत दे। हेलो 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 डॉक्टर साहब डॉक्टर साहब जरा साडे घरे आके जायो जी। ਤੁਸੀਂ ਕਿੰਨੇ ਘਰੋਂ ਬੋਲਦੇ? ਅਸੀਂ ਕੁੱਕੀ ਕੇ ਘਰੋਂ ਬੋਲਦੇ ਜੀ। ਸਾਡੇ ਕੋਲ ਮਰੀਜ਼ ਹੈ, ਐਮਰਜੈਂਸੀ ਹੈ, ਪਲੀਜ਼ ਜਲਦੀ ਆ ਜਾਓ। ਹਾਂਜੀ ਇਹ 5 ਮਿੰਟਾਂ ਨੇ। ਓਕੇ ਜੀ। ਮੰਮੀ ਆਉਂਦਾ ਡਾਕਟਰ 5-7 ਮਿੰਟਾਂ 'ਚ ਹੀ ਆ ਜਾਊਗਾ। ਚਲ ਠੀਕ ਹੈ। ਫੋਨ ਕਰਤਾ ਤੁਸੀਂ ਇੱਥੇ ਬਹਿ ਜਾਓ, ਕੋਈ ਗੱਲ ਨਹੀਂ ਦੇਖਦੇ ਆ। ਚਲ ਕੋਈ ਮੈਨੂੰ ਲੱਗਦਾ ਜੀ ਕੋਈ ਬਹੁਤੀ ਵੱਡੀ ਸੱਟ ਨਹੀਂ ਵੱਜੀ। ਉਹੀ ਕੁਛ ਹੋਇਆ ਹੋਣਾ, ਮੋਚ ਮੋਚ ਆ ਗਈ ਹੋਣੀ ਹੈ। ਚਲ ਕੋਈ ਨਹੀਂ, ਆਉਣ ਦੇ ਜਲਦੀ ਸੁਣ ਮੈਂ ਬੈਠੀ ਹਾਂ। ਠੀਕ ਹੈ। ਮੰਮੀ ਡਾਕਟਰ ਆ ਗਏ। ਲੈ ਕੁਰਸੀ ਲੈ। ਕੁਰਸੀ ਲੈ ਆਣੀ ਕੁੜੀਏ। ਬੈਠ। ਹਾਂਜੀ ਕੀ ਹੋਇਆ? ਉਹ ਤਿਲਕ ਕੇ ਡਿੱਗ ਪਈ ਸੀਗੀ ਇਹ ਤੇ ਇਹ ਨਾ ਐ ਦੇਖ ਲੱਤ ਸਿੱਧੀ ਨਹੀਂ ਹੁੰਦੀਗੀ। ਵੀ ਦੇਖ ਕਿੰਨੀ ਕਾ ਸੱਟ ਸੱਟ। बेबे मेनू तो लगता बड़ा ही कम हो गया कोई। ए नहीं लोट आउंदा हुण इहनू कित्थे लैके जाईए किहनू दिखाईए कोई होर नहीं तुहाडी निगाह च कोई ਜਿਹਨਾਂ ਆਪਾਂ ਦੱਸ ਦਈਏ ਵੀ ਇਹਦੀ ਲੱਤ ਦਾ ਐ ਹੱਡੀਆਂ ਵਾਲੇ ਨੂੰ ਦਿਖਾਉਣੀ ਪਊ ਹੁਣ ਤਾਂ ਇਹ ਬਰਨਾਲੇ ਦੇਖ ਲਾਂਗੇ ਬਰਨਾਲੇ ਲੈ ਚੱਲਦੇ ਆਂਗੇ ਫਿਰ ਕੋਈ ਨਹੀਂ ਕੱਲ ਨੂੰ ਲੈ ਕੇ ਜਾਵਾਂਗੇ ਬਰਨਾਲੇ ਅੱਜ ਗੋਲੀਆਂ ਗੋਲੀਆਂ ਦੇ ਦਾਂਗੇ ਦਰਦ ਵਾਲੇ ਨੂੰ ਬਸ ਇਹਨੂੰ ਬਹਾਨਾ ਮਿਲ ਗਿਆ ਹੁਣ ਪੈਣ ਦਾ ਹੋਰ ਕੁਛ ਨਹੀਂ ਚੱਲ ਕੋਈ ਨਹੀਂ ਇੰਨਾ ਤਾਂ ਦੋਸਤਾਂ ਵੀ ਨਹੀਂ ਹੁੰਦਾ ਜਿੰਨੇ ਇਹ ਪਖੰਡ ਕਰੀ ਜਾਂਦੀ ਆ ਕੌਣ ਚੀਕਾ ਮਾਰਦਾ ਹੁੰਦਾ ਹੱਥ ਲਾਏ ਤੋਂ ਜਾਂਦੇ ਦੁਖਦਾ ਹੋਊਗਾ ਤਾਂ ਮਾਰਦੀ ਏ ਚੀਕਾ ਕੋਈ ਨਹੀਂ ਤੁਸੀਂ ਰਲ ਕੇ ਕੰਮ ਕਰ ਲੈਂਦੇ ਨੇ ਕਾਹਨੂੰ ਵਾਦਾ ਮਾਰਦਾ ਮੈਂ ਤਾਂ 10 ਮਿੰਟ ਹੀ ਬਈ ਸੀ ਜੇ ਗੋਲੀ ਲੈਤੀ ਹੋਈ ਸੀ ਇਹ ਬਸ ਇੰਤਾ ਹੋ ਜਾਂਦਾ ਵੀ ਇਹ ਪੈਗੀ ਮੈਂ ਰੱਖ ਤੇ ਪਿੱਛੇ ਰਹਿ ਜਾ ਤਾਂ ਇਹ ਪਹਿਲਾਂ ਬਹਾਨਾ ਬਣਾ ਕੇ ਪਈ ਆ ਚਲ ਕੋਈ ਨਹੀਂ ਤੂੰ ਭਾਂਡੇ ਭੁੰਡੇ ਚੱਕ ਦੇ ਹਾਂ ਮੈਂ ਕਹੂੰ ਸਾਰਾ ਕੰਮ ਮੈਂ ਤਾਂ ਫਸੋਣਾ ਵੀ ਕਰਨਾ ਬੂਜੀ ਤੂੰ ਮੈਨੂੰ ਗੁੱਸਾ ਚੜਦਾ ਹੈਗਾ ਚਲ ਕੋਈ ਨਹੀਂ ਪਤਾ ਨਹੀਂ ਜੇ ਕਹਿ ਕੇ ਤੇ ਨਾ ਚੱਲੂਗਾ ਚਲ ਕੋਈ ਨਹੀਂ ਤੂੰ ਰੜਕੇ ਕਰ ਲੈਂਦੀ ਵਧੀਆ ਰਹਿੰਦੀ ਹੁਣ ਕੱਲੀ ਦੇ ਸਿਰ ਪੈ ਗਿਆ।